दसा गुरां दा ए सरूप जानो नाल हथां दे लिखी महाराज बाणी नुकता दुई दवैत दा नहीं पाया हर एक वास्ते है सिरताज बाणी जीदा जी करदा मत्था टेक जांदा करदी किसे नू नहीं नाराज बाणी तन्ने वंगरा सिदक पूरा हो जितने वांग सुवार दी गाज बाणी हो जितने वांग सुवार दी गाज बाणी मन तो ज्योत स्वरूप है अपना मूल पहचान मन हर जी तेरे नाल है गुरमती रंग मान चौही पास चुल्लिया हनेरिया चंदरे कलू ने जाल ताने साडिया पुलानू पुली शैन शाह असी खड़े आज जे नमाने साडिया पुलानू पुली शैन शाह असी खड़े आज जिन माने तू ता नरवार तेरा किसे नाल वैर नी साडा ते सहारा कोई तेरे तो बगैर नी साडा ते सहारा कोई तेरे तो बगैर नी रहमतां दा सागर तू दातिया वीर नार मज कोई जाने साडियां पुलां नू पुली शैन शाह असी खड़े आज जिन माणे असादे प्यार नू वेखी ठुकरा ना देवी असादे प्यार नू तेरा ना अंत कोई आवदा आप दिया आप ही तू जाने साडियां पुलां नू पुली शैन शाह असी खड़े आज जिन माने वे साडे प्रहलाद वांगू काज तू सवार दे होया की गुनाह सानू दार दे आविचों बचा ले तू मसूम सी नहीं ता साड़े जाने सी नताने साड़ियां पुलानू
ਗੁਲਸ਼ਨ ਸ਼ਾਹ ਅਸੀਂ ਖੜੇ ਅੱਜ ਜਿਨ ਮਾਣੇ ਸੁੱਕਾ ਪਰਸ਼ਾਤਾ ਖਾ ਕੇ ਮਾਹੀ ਸਾਧ ਗੋੜਿਆ ਪੂੜੀਆਂ ਦੇ ਵਿੱਚੋਂ ਤਾਰ ਲਹੂ ਪਾਗੋਂ ਦੇ ਹਮੈਦੀ ਬਣੇ ਫੇਰ ਨੇ ਇੱਥੇ ਜਿਹੜੇ ਲੋਕ ਜੁਰਮਾਣੇ ਸਾਡੀਆਂ ਪੁਲਾਂ ਨੂੰ ਪੁੱਲੀ ਸ਼ੈਨ ਸ਼ਾਹ ਅਸੀਂ ਖੜੇ ਅੱਜ ਜਿਨ ਮਾਣੇ ਗਾਣੇ ਤੂੰ ਪਰੇ ਬਣਾ ਲਗਾਣੇ ਸਾਡੀਆਂ ਪੁਲਾਂ ਨੂੰ ਪੁੱਲੀ ਸ਼ੈਨ ਸ਼ਾਹ ਅਸੀਂ ਖੜੇ ਅੱਜ ਜਿਨ ਮਾਣੇ ਸਾਡੀਆਂ ਪੁਲਾਂ ਨੂੰ ਪੁੱਲੀ ਸ਼ੈਨ ਸ਼ਾਹ ਅਸੀਂ ਖੜੇ ਅੱਜ ਜਿਨ ਮਾਣੇ ਕਮਾਲੇ ਕਰਾਮਾਤ ਕਾਇਮ ਕਰੀਮ ਰਜਾ ਬਖਸ਼ ਰਾਜ ਕਰਹਾਕੋ ਰਹੀਮ ਐਸੇ ਤਖਤਾਂ ਤਾਜਾਂ ਦੇ ਮਾਲਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਗੋਦ ਅੰਦਰ ਸਜ ਬੈਠੇ ਪਵਿੱਤਰ ਆਤਮਾ ਗੁਰੂ ਖਾਲਸਾ ਸਾਹਿਬ ਸੰਗਤ ਜੀਓ ਆਓ ਸਭ ਤੋਂ ਪਹਿਲਾਂ ਫਤਿਹ ਦੇ ਸਿਮਰ ਨਾਲ ਜੁੜੀਏ। ਫਤਿਹ ਇੱਕ ਸਿਮਰਨ ਹੈ ਜੋ ਦਸਮ ਪਾਤਸ਼ਾਹ ਮਹਾਰਾਜ ਨੇ ਸਾਨੂੰ ਅੰਮ੍ਰਿਤ ਛਕਾਉਣ ਵੇਲੇ ਬਖਸ਼ਿਸ਼ ਕੀਤਾ। ਅਸੀਂ ਇਹਨੂੰ ਚੰਗੀ ਤਰ੍ਹਾਂ ਸਮਝਿਆ ਨਹੀਂ, ਅਸੀਂ ਬਾਕੀ ਸ਼ਬਦਾਂ ਦਾ ਸਿਮਰਨ ਤੇ ਬਹੁਤ ਕਰਦੇ ਹਾਂ। ਕੋਈ 25-25 ਪਾਠ ਤੇ ਜਪਜੀ ਸਾਹਿਬ ਦੇ ਕਰਦਾ ਹੈ, ਸੁਖਮਣੀ ਸਾਹਿਬ ਦੇ ਨਾਂ ਦੇ ਨਾਲ ਸੁਸਾਇਟੀ ਬਣਾ ਕੇ ਸਾਰੇ ਹਿੰਦੁਸਤਾਨ ਵਿੱਚ ਚਲਾਈ ਗਈ ਹੈ। ਪਰ ਜਿਹੜੀ ਅਸਲ ਗੱਲ ਹੈ ਕਿ ਆਦਮੀ ਨੇ ਆਪਣੀ ਜ਼ਿੰਦਗੀ ਵਿੱਚ ਵਕਾਰਾਂ ਤੇ ਫਤਿਹ ਪਾਉਣੀ ਆ ਤੇ ਫਿਰ ਇਸ ਨੇ ਉਹਨਾਂ ਦੁਸ਼ਮਣਾਂ ਤੇ ਫਤਿਹ ਪਾਉਣੀ ਆ ਜਿਹੜੇ ਸੱਚ ਦੇ ਖਿਲਾਫ ਲੜਦੇ ਆ। ਇਹ ਤਾਂ ਪਾਏਗਾ ਜੇ ਪਹਿਲਾਂ ਫਤਿਹ ਦਾ ਸਿਮਰਨ ਕਰੇਗਾ। ਜਦੋਂ ਅਸੀਂ ਫਤਿਹ ਗਜਾਉਂਦੇ ਹਾਂ ਨਾ, ਦੋ ਵਾਰਾਂ ਵਾਹਿਗੁਰੂ ਦਾ ਪਵਿੱਤਰ ਨਾਮ ਚੇਤੇ ਆਉਂਦਾ, ਜਿਹੜਾ ਅਸੀਂ ਬਹੁਤ ਘੱਟ ਸਿਮਰਦੇ ਹਾਂ। ਜਗਿਆਸੂਆਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪੁੱਛਿਆ, ਮਹਾਰਾਜ ਜੀ ਤੁਹਾਡੇ ਜਗਤ ਛੱਡ ਜਾਣ ਤੋਂ ਬਾਅਦ ਅਗਰ ਜੇ ਤੁਹਾਡਾ ਕਿਸੇ ਨੇ ਦਰਸ਼ਨ ਕਰਨਾ ਹੋਵੇ ਤੇ ਫੇਰ? ਉਹਨਾਂ ਆਖਿਆ ਮੈਂ ਖਾਲਸੇ ਵਿੱਚ ਹੋਵਾਂਗਾ। ਕਿਸੇ ਸਜੇ ਹੋਏ ਖਾਲਸੇ ਨੂੰ ਵੇਖ ਲਿਓ ਤੇ ਆਪਣੇ ਮਨ ਵਿੱਚ ਉਹਨੂੰ ਇਹ ਅਕੀਦਾ ਬਣਾ ਕੇ ਵੇਖਿਓ ਕਿ ਮੈਂ ਗੁਰੂ ਗੋਬਿੰਦ ਸਿੰਘ ਦੇ ਸਰੂਪ ਨੂੰ ਵੇਖ ਰਿਹਾ, ਮੈਂ ਤੁਹਾਨੂੰ ਉਹਦੇ ਵਿੱਚ ਬੈਠਾ ਦਿਸਾਂਗਾ, ਉਹੀ ਮੇਰਾ ਟਿਕਾਣਾ ਹੋਵੇਗਾ। ਬਾਕੀ ਦੁਨੀਆਂ ਦੇ ਪੈਗੰਬਰਾਂ ਨੇ ਆਪਣੀ ਉਮਤ ਨੂੰ ਇਹ ਮਾਣ ਨਹੀਂ ਜੀ ਦਿੱਤਾ। ਸ਼ਾਇਦ ਸਾਡੇ ਅੰਦਰ ਇਹ ਕਮੀ ਹੈ ਕਿ ਅਸੀਂ ਇਹਨੂੰ ਸੰਭਾਲ ਹੀ ਨਹੀਂ ਸਕੇ। ਸਵਾਲ ਕਰਨ ਵਾਲੇ ਫਿਰ ਸਵਾਲ ਕੀਤਾ, ਮਹਾਰਾਜ ਅਗਰ ਕੋਈ ਇਹੋ ਜਿਹਾ ਸਮਾਂ ਬਣ ਗਏ ਤੁਹਾਡਾ ਕੋਈ ਸਜਿਆ ਹੋਇਆ ਸਿੰਘ ਵੇਖਣ ਨੂੰ ਨਾ ਲੱਭੇ ਤੇ ਫਿਰ ਤੁਹਾਡਾ ਦਰਸ਼ਨ ਕਿਵੇਂ ਹੋਵੇ? ਸਵਾਲ ਕਰਨ ਵਾਲੇ ਵੀ ਬੜੇ ਅਜੀਬ ਹੁੰਦੇ ਆ, ਤਾੜਨੇ ਵਾਲੇ ਕਿਆਮਤ ਕੀ ਨਜ਼ਰ ਰੱਖਦੇ ਹਨ। ਹਜ਼ੂਰ ਕਲਗੀਆਂ ਵਾਲੇ ਪਾਤਸ਼ਾਹ ਕਹਿਣ ਲੱਗੇ, ਫਿਰ ਤੂੰ ਆਪਣੇ ਗਾਤਰੇ ਪਈ ਤਲਵਾਰ ਮਿਆਨ ਵਿੱਚੋਂ ਕੱਢ ਲਈ,
ਇਹਨੂੰ ਫਤਿਹ ਬੁਲਾ ਕੇ ਤੇ ਇਹਦੀ ਤਿੱਖੀ ਧਾਰ ਵੱਲੇ ਵੇਖੀ। ਮੈਂ ਤੈਨੂੰ ਤੇਗ ਦੀ ਤਿੱਖੀ ਧਾਰ ਦੇ ਵਿੱਚੋਂ ਨਜ਼ਰ ਆਊਂਗਾ ਤੇ ਜੇ ਮੈਨੂੰ ਸਿੰਘ ਵਿੱਚੋਂ ਲੱਭਣਾ ਨਾ ਤੇ ਜਦੋਂ ਤੂੰ ਫਤਿਹ ਬੁਲਾਏਗਾ ਨਾ ਉਦੋਂ ਮੈਂ ਤੈਨੂੰ ਦਿਸ ਪਾਂਗਾ। ਫਤਿਹ ਇੱਕ ਸਿਮਰਨ ਹੈ ਜਿਹਦੇ ਵਿੱਚੋਂ ਸਾਹਿਬ ਗੁਰੂ ਗੋਬਿੰਦ ਸਿੰਘ ਦਾ ਦਰਸ਼ਨ ਹੁੰਦਾ। ਆਓ ਸਾਰੇ ਮਿਲ ਕੇ ਫਤਿਹ ਬੁਲਾਈਏ। ਬੰਦੇ ਦੀ ਕੋਈ ਸਮਰੱਥਾ ਨਹੀਂ ਕਿ ਉਹ ਕੋਈ ਗੁਰੂ ਦੀ ਗੱਲ ਕਰ ਸਕੇ। ਗੁਰੂ ਪੂਰਾ ਹੈ, ਮਨੁੱਖ ਅਧੂਰਾ ਹੈ ਤੇ ਅਧੂਰਾ ਮਨੁੱਖ ਪੂਰੇ ਗੁਰੂ ਦੀ ਕੀ ਗੱਲ ਕਰੇਗਾ। ਮਨੁੱਖ ਜਿਹੜਾ ਪੰਜ ਭੂਤਕ ਸਰੀਰ ਦੇ ਅੰਦਰ ਘਿਰਿਆ, ਪਰਮੇਸ਼ਰ ਸਰੀਰ ਵਿੱਚ ਨਹੀਂ ਹੈ, ਪਰਮੇਸ਼ਰ ਬੇਹੱਦਾ ਹੈ ਤੇ ਬੇਹੱਦੇ ਪਰਮੇਸ਼ਰ ਦੀ ਇੱਕ ਹੱਦ ਵਾਲਾ ਜੀਵ ਕੀ ਗੱਲ ਕਰੇਗਾ। ਸਿੱਖ ਕਦੇ ਗੁਰੂ ਦੀ ਲਖਤਾ ਨਹੀਂ ਕਰ ਸਕਦਾ। ਸਿੱਖ ਤੇ ਗੁਰੂ ਦੇ ਪਿਆਰ ਦਾ ਪ੍ਰਤੀਕ ਹੈ ਤੇ ਪਿਆਰ ਵਿੱਚ ਕਦੇ ਅਕਲ ਕੰਮ ਨਹੀਂ ਆਉਂਦੀ, ਉੱਥੇ ਸ਼ਰਧਾ ਤੇ ਜਜ਼ਬਾ ਕੰਮ ਆਉਂਦਾ। ਬੇਨਤੀ ਕਰਾਂ ਪਹਿਲਾਂ ਫਤਿਹ ਬੁਲਾਈਏ ਤੇ ਫਿਰ ਜੋ ਤੁਸੀਂ ਸਾਨੂੰ ਬੁੱਧੀ ਬਖਸ਼ੋਗੇ। ਮੈਂ ਆਪਣੇ ਸਮੇਂ ਦੀ ਸਥਿਤੀ ਨੂੰ ਮੁੱਖ ਰੱਖਦਿਆਂ ਕੁਝ ਕਹਿਣ ਦਾ ਯਤਨ ਕਰੂੰਗਾ। ਸਾਰੀ ਸੰਗਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਝੁਕਾਓ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੂੰ ਇੱਕ ਵਾਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਆਪਣੇ ਕਵੀ ਭਾਈ ਨੰਦ ਲਾਲ ਨੂੰ ਪੁੱਛਿਆ, ਉਹ ਭਾਈ ਨੰਦ ਲਾਲਾ ਅਸੀਂ ਤੈਨੂੰ ਅੱਜ ਕੋਈ ਦੇਣਾ ਚਾਹੁੰਦੇ ਹਾਂ, ਦੱਸ ਤੇਰੀ ਕੀ ਮਰਜ਼ੀ, ਕੀ ਤੇਰੀ ਇੱਛਾ ਪੂਰੀ ਕਰੀਏ। ਆਂਦਾ ਮਹਾਰਾਜ ਜਦੋਂ ਆਏ ਸਾਂ ਬਹੁਤ ਇੱਛਾ ਲੈ ਕੇ ਆਏ ਸਾਂ, ਹੁਣ ਤੇ ਕੋਈ ਇੱਛਾ ਹੀ ਨਹੀਂ ਰਹਿ ਗਈ। ਨਹੀਂ ਭਾਈ ਨੰਦ ਲਾਲਾ, ਮੈਂ ਅੱਜ ਤੇਰੇ ਤੇ ਪ੍ਰਸੰਨ ਹੋਇਆ, ਦੱਸ ਤੈਨੂੰ ਕੀ ਚਾਹੀਦਾ। ਤੇ ਭਾਈ ਨੰਦ ਲਾਲ ਨੇ ਆਖਿਆ, ਮਹਾਰਾਜ ਜੇ ਤੁੱਠੇ ਜੇ ਨਾ ਤੇ ਫਿਰ ਉਹਨਾਂ ਸੰਗਤਾਂ ਦੇ ਚਰਨਾਂ ਦੀ ਧੂੜ ਦੇ ਦਿਓ ਜਿਹੜੀਆਂ ਤੇਰੇ ਦਰਸ਼ਨ ਕਰਨ ਆਉਂਦੀਆਂ। ਵਾਹਿਗੁਰੂ ਬਲਿਹਾਰ ਜਾਵਾਂ ਆਪ ਸੰਗਤਾਂ ਦੇ, ਭਾਵੇਂ ਕਿ ਮੌਸਮ ਵੀ ਖਰਾਬ, ਥੱਲੇ ਥਾਂ ਵੀ ਜਿੱਥੇ ਬੈਠੇ ਤੁਸੀਂ ਉਹ ਸਿੱਲਾ ਹੈ ਪੂਰਾ। ਗੁਰੂ ਕਿਰਪਾ ਕਰੇ ਪਰ ਤੁਸੀਂ ਇੰਨੀ ਸ਼ਰਧਾ ਦੇ ਨਾਲ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੋ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਭਾਵ ਨਾਲ, ਔਰ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਵਸ ਬੜੇ ਸ਼ਰਧਾ ਤੇ ਭਾਵਨਾ ਦੇ ਨਾਲ ਮਨਾ ਰਹੇ ਜੇ, ਧੰਨ ਗੁਰੂ ਅਮਰਦਾਸ ਮਹਾਰਾਜ ਜਿਨ੍ਹਾਂ ਦੇ ਪ੍ਰਥਾਏ ਭੱਟ ਬੜੇ ਸੁੰਦਰ ਬਚਨ ਕਹਿੰਦੇ ਹਨ। ਉਹ ਕਹਿੰਦੇ ਚਰਨ ਤਾਂ ਪ੍ਰਸਕਿਆਥ ਚਰਨ ਗੁਰ ਅਮਰ ਪਵਲ ਰਹਿ। ਉਹ ਚਰਨ ਸਫਲੇ ਆ ਜਿਹੜੇ ਗੁਰੂ ਅਮਰਦਾਸ ਮਹਾਰਾਜ ਦੇ ਮਾਰਗ ਤੇ ਚੱਲਦੇ ਆ। ਵਾਹਿਗੁਰੂ ਚਰਨ ਤਾਂ ਪ੍ਰਸਕਿਆਥ ਚਰਨ ਗੁਰ ਅਮਰ ਪਵਲ ਰਹਿ, ਹੱਥ ਤਾਂ ਪ੍ਰਸਕਿਆਥ ਹੱਥ ਲੱਗੇ ਗੁਰ ਅਮਰ ਪੈ। ਅਮਰ ਪੈ ਉਹ ਹੱਥ ਸਫਲੇ ਆ ਜਿਹੜੇ ਗੁਰੂ ਦੇ ਚਰਨਾਂ ਨੂੰ ਪਰਸਦੇ ਆ। ਵਾਹਿਗੁਰੂ ਜੀ ਤਾਂ ਪ੍ਰਸਕਿਆਥ ਜਿਹੀ ਗੁਰ ਅਮਰ ਪਣੀਜੈ, ਉਹ ਜੇਬਾ ਸਫਲੀ ਹੈ ਜਿਹੜੀ ਗੁਰੂ ਅਮਰਦਾਸ ਦੇ ਗੁਣ ਗਾਉਂਦੀ ਹੈ। ਗੁਰੂ ਕਿਰਪਾ ਕਰੇ ਨੈਣ ਤਾਂ ਪ੍ਰਸਕਿਆਥ ਨੈਣ ਗੁਰ ਅਮਰ ਪਖਿਜੈ, ਉਹ ਨੈਣ ਸਫਲੇ ਜਿਹੜੇ ਗੁਰੂ ਦੇ ਆ ਕੇ ਦਰਸ਼ਨ ਕਰਦੇ ਆ। ਜੀ ਤਾਂ ਸਰਵਣ ਤਾਂ ਪ੍ਰਸਕਿਆਥ ਸਰਵਣ ਗੁਰ ਅਮਰ ਸੁਣੀਜੈ, ਉਹ ਕੰਨ ਸਫਲੇ ਜਿਹੜੇ ਗੁਰੂ ਅਮਰਦਾਸ ਜੀ ਦੇ ਜਸ ਸੁਣਦੇ ਆ, ਉਹਨਾਂ ਦੀ ਬਾਣੀ ਸੁਣਦੇ ਆ। ਜੀ ਤਾਂ ਪ੍ਰਸਕਿਆਥ ਜੀ ਗੁਰ ਅਮਰ ਪਣੀਜੈ, ਨੈਣ ਤਾਂ ਪ੍ਰਸਕਿਆਥ ਨੈਣ ਗੁਰ ਅਮਰ ਪਖਿਜੈ, ਸਕਿਆਥ ਸੋ ਹੀਓ ਜਿਤ ਹੀ ਬਸੈ, ਗੁਰ ਅਮਰਦਾਸ ਨਿਜ ਜਗਤ ਪਿਤ, ਸਕਿਆਥ ਸੋ ਸਿਰ ਜਾਲ ਭਣੇ, ਜੋ ਸਿਰ ਨਿਵੇਂ ਗੁਰ ਅਮਰ ਨਿਤ। ਅਮਰ ਨਿਤ ਉਹ ਹਿਰਦਾ ਸਫਲ ਹੈ, ਹਿਰਦਾ ਪਵਿੱਤਰ ਹੈ ਜਿਹੜਾ ਗੁਰੂ ਅਮਰਦਾਸ ਮਹਾਰਾਜ ਦੇ ਵਾਹਿਗੁਰੂ ਬਚਨਾਂ ਨੂੰ ਆਪਣੇ ਮਨ ਚ ਵਸਾ ਕੇ ਰੱਖਦਾ। ਉਹ ਸੀਸ ਪਵਿੱਤਰ ਹੈ ਜਿਹੜਾ ਗੁਰੂ ਅਮਰਦਾਸ ਮਹਾਰਾਜ ਨੂੰ ਆ ਕੇ ਝੁਕਦਾ ਹੈ। ਆ ਭਾਗਾਂ ਵਾਲੇ ਜੇ ਜਿਨ੍ਹਾਂ ਨੂੰ ਗੁਰੂ ਅਮਰਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ, ਧੰਨ ਗੁਰੂ ਅਮਰਦਾਸ ਮਹਾਰਾਜ ਜਿਨ੍ਹਾਂ ਦਾ ਆਗਮਨ 5 ਮਈ 1579 ਈਸਵੀ ਨੂੰ ਪਿਤਾ ਤੇਜ ਭਾਨ ਭੱਲਾ ਮਾਤਾ ਲਕਸ਼ਮੀ ਦੀ ਕੁੱਖ ਨੂੰ ਸ਼ਹਿਨਸ਼ਾਹ ਭਾਗ ਲਾ ਕੇ ਬਸਰ ਕੇ ਗਿੱਲ ਵਿੱਚ ਉਹਨਾਂ ਦਾ ਆਗਮਨ ਹੋਇਆ। ਇਹ ਇੱਥੇ ਭਾਈ ਗੁਰਦਾਸ ਜੀ ਦਾ ਜਨਮ ਹੋਇਆ ਸੀ, ਇੱਥੇ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਪੁੱਤਰੀ ਵਿਆਹੀ ਹੋਈ ਸੀ, ਜਿਹਦੀ ਰਸਨਾ ਤੋਂ ਬਾਣੀ ਸੁਣ ਕੇ ਗੁਰੂ ਅਮਰਦਾਸ ਮੁਗਧ ਹੋ ਕੇ ਗੁਰੂ ਅੰਗਦ ਸਾਹਿਬ ਦੇ ਚਰਨਾਂ ਵਿੱਚ ਗਏ ਸਨ। ਇਤਿਹਾਸਕ ਨਗਰ ਹੈ ਇਹ ਮਹਾਰਾਜ ਸੱਚੇ ਪਾਤਸ਼ਾਹ
ਉਹਨਾਂ ਦੀ ਜਿਹੜੀ ਮਹਿਮਾ ਉਹ ਕਹਿਣ ਤੇ ਕਥਨ ਤੋਂ ਬਾਹਰੀ ਆ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਆਪਣੀ ਪੁੱਤਰੀ ਬੀਬੀ ਦਾ ਭਾਨੀ ਦਾ ਵਿਆਹ ਕਰਕੇ ਸਾਨੂੰ ਇੱਕ ਸਿੱਖਿਆ ਦਿੱਤੀ ਆ। ਉਹਨਾਂ ਦੇ ਜੀਵਨ ਤੋਂ ਅੱਜ ਕੋਈ ਨਾ ਕੋਈ ਸੇਧ ਲੈ ਕੇ ਜਾਣੀ ਆ। ਧੰਨ ਗੁਰੂ ਅਮਰਦਾਸ ਮਹਾਰਾਜ ਜਿਨ੍ਹਾਂ ਨੇ ਬਚਪਨ ਬੁਢੇਪੇ ਦੇ ਵਿੱਚ ਜਵਾਨੀ ਦੇ ਜਜ਼ਬੇ ਦਿਖਾ ਜਗਾ ਕੇ ਦਿਖਾਏ। ਇੱਕ ਨੀ, ਦੋ ਨੀ, ਤਿੰਨ ਨੀ, ਚਾਰ ਨੀ, 12 ਵਰੇ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਇਸ਼ਨਾਨ ਦੀ ਸੇਵਾ ਕਰਾਈ ਤੇ ਬਿਆਸ ਦਰਿਆ ਦੇ ਵਿੱਚੋਂ ਜਲ ਖੜਿਆ ਕਰਦੇ ਸਨ ਤੇ ਕਿੰਨੀ ਸ਼ਰਧਾ ਸੀ। ਖਡੂਰ ਸਾਹਿਬ ਤੋਂ ਪਿਛਲੇ ਪੈਰੀ ਮਹਾਰਾਜ ਜਾਇਆ ਕਰਦੇ ਸੀ ਵੀ ਮੇਰੀ ਕਿਤੇ ਗੁਰੂ ਵੱਲੇ ਪਿੱਠ ਨਾ ਹੋ ਜਾਵੇ। ਅੱਜ ਗਾਗਰ ਲੈ ਕੇ ਪਾਣੀ ਦੀ ਜਾ ਰਿਹਾ, ਹਨੇਰੀ ਰਾਤ ਸੀ, ਚੱਖੜ ਝੁੱਲ ਰਿਹਾ ਸੀ, ਰਾਹੋ ਕਰਾਹੇ ਪੈ ਗਏ। ਇੱਕ ਕਿੱਲੇ ਦੇ ਨਾਲ ਅੜ ਕੇ ਪੈਰ ਜਲਾਏ ਦੀ ਖੱਡੀ ਵਿੱਚ ਡਿੱਗ ਪਏ। ਗਾਗਰ ਡਿੱਗ ਪਈ, ਗਾਗਰ ਨੂੰ ਸੰਭਾਲਦਿਆਂ ਆਖਿਆ, ਅਮਰਦਾਸ ਤੇਰਾ ਖੂਨ ਸਸਤਾ ਤੇ ਗੁਰੂ ਘਰ ਦਾ ਪਾਣੀ ਮਹਿੰਗਾ ਵਾ, ਪਾਣੀ ਨਹੀਂ ਡੁੱਲਣ ਦਿੱਤਾ। ਜਦੋਂ ਗੁਰੂ ਅੰਗਦ ਸਾਹਿਬ ਦੇ ਚਰਨਾਂ ਵਿੱਚ ਗਏ ਤੇ ਮਹਾਰਾਜ ਕਹਿਣ ਲੱਗੇ, ਪੁਰਖਾ ਅੱਜ ਲੇਟ ਹੋ ਗਿਆ, ਇਹ ਉਸ ਵੇਲੇ ਦੀ ਬੋਲੀ ਹੈ। ਮਹਾਰਾਜ ਕਹਿਣ ਲੱਗੇ, ਅੱਜ ਮੈਂ ਡਿੱਗ ਪਿਆ ਸਾਂ। ਮਹਾਰਾਜ ਕਹਿਣ ਲੱਗੇ, ਬਲਿਹਾਰ ਜਾਈਏ ਤੇਰੇ ਡਿੱਗਣ ਤੋਂ। ਕੋਈ ਵਿਸ਼ੇ ਵਿਕਾਰਾਂ ਵਿੱਚ ਡਿੱਗਦਾ ਹੈ, ਕੋਈ ਨਸ਼ੇ ਵਿੱਚ ਧੋ ਧੋ ਕੇ ਡਿੱਗਦਾ ਹੈ, ਆਪ ਗੁਰੂ ਘਰ ਡਿੱਗੇ ਜੇ, ਨਿਮਾਣੇ ਹੋ ਕੇ ਡਿੱਗੇ ਜੇ, ਹੋਏ ਨਿਮਾਣੀ ਢਹਿ ਪਵਾਂ ਪੂਰੇ ਸਤਿਗੁਰ ਪਾਸ। ਮਹਾਰਾਜ ਤੁੱਠੇ ਤੇ ਉਹ ਗਾਗਰ ਬਾਬੇ ਅਮਰਦਾਸ ਦੇ ਹੱਥਾਂ ਵਿੱਚੋਂ ਫੜ ਲਈ ਤੇ ਆਖਿਆ, ਪੁਰਖਾ ਤੈਨੂੰ ਬੜਾ ਲੰਮਾ ਸਮਾਂ ਸਾਡਾ ਇਸ਼ਨਾਨ ਕਰਾਉਂਦਿਆਂ ਨੂੰ ਹੋ ਗਿਆ, ਅੱਜ ਸਾਡਾ ਜੀ ਕਰਦਾ ਵੀ ਅਸੀਂ ਤੇਰਾ ਇਸ਼ਨਾਨ ਕਰਾਈਏ। ਜਿਸ ਤਰ੍ਹਾਂ ਗੁਰੂ ਅੰਗਦ ਸਾਹਿਬ ਉਹ ਜਲਦੀ ਗਾਗਰ ਲੈ ਕੇ ਗੁਰੂ ਅਮਰਦਾਸ ਜੀ ਦਾ ਇਸ਼ਨਾਨ ਕਰਾ ਰਹੇ ਆ ਤੇ ਕਿੰਨੇ ਵਰ ਦੇ ਰਹੇ ਆ, ਉਹਨਾਂ ਲੈਣਾਂ ਨੂੰ ਤੁਹਾਡੇ ਸਾਹਮਣੇ ਜੋੜੀ ਇੰਜ ਬਿਆਨ ਕਰ ਰਹੀ ਬਈ। ਪਾਣੀ ਢੋਣ ਦੀ ਸਤਿਗੁਰਾਂ ਘਰ ਸੌਂਪੀ, ਸਿਦਕ ਨਾਲ ਢੋਵੇ ਅਮਰਦਾਸ ਪਾਣੀ। ਪਾਣੀ ਪ੍ਰੇਮ ਵਗਦਾ ਨੈਣਾ ਵਿੱਚ ਭਰ ਕੇ, ਅਮਰਦਾਸ ਨੂੰ ਦੇਵੇ ਪਿਆਸ ਪਾਣੀ। ਉਹ ਅਮਰਦਾਸ ਜੱਗ ਤੇ ਅਮਰ ਹੋਣ ਖਾਤਰ ਪਾਣੀ ਭਰਨ ਲੱਗਾ, ਪਾਣੀ ਢੋਣ ਲੱਗਾ, ਚਰਨ ਧੋ ਧੋ ਆਪਣੇ ਸਤਿਗੁਰਾਂ ਦੇ ਦਾਗੀ ਆਪਣੇ ਹਿਰਦੇ ਦੇ ਧੋਣ ਲੱਗਾ। ਪਾਣੀ ਢੋਣ ਦੀ ਸਤਿਗੁਰਾਂ ਘਰ ਸੰਪੀ, ਸਦਕ ਨਾਲ ਢੋਵੇ ਅਮਰਦਾਸ ਪਾਣੀ। ਪਾਣੀ ਪ੍ਰੇਮ ਵਗਦਾ ਨੈਣਾ ਵਿੱਚ ਭਰ ਕੇ, ਅਮਰਦਾਸ ਨੂੰ ਦੇਵੇ ਪਿਆਸ ਪਾਣੀ। ਅਮਰਦਾਸ ਜੱਗ ਤੇ ਅਮਰ ਹੋਣ ਖਾਤਰ ਪਾਣੀ ਭਰਨ ਲੱਗਾ, ਪਾਣੀ ਢੋਣ ਲੱਗਾ, ਚਰਨ ਧੋ ਧੋ ਆਪਣੇ ਸਤਿਗੁਰਾਂ ਦੇ ਤਾਗੀ ਆਪਣੇ ਹਿਰਦੇ ਦੇ ਧੋਣ ਲੱਗਾ। ਗਾਗਰ ਸੀਸ ਤੇ ਪ੍ਰੇਮ ਵਿੱਚ ਲੀਨ ਹੋਇਆ, ਸਾਰੀ ਸੁੱਤ ਤੇ ਬੁੱਧ ਨੂੰ ਭੁੱਲਿਆਈ, ਤੁਰੇ ਪਿੱਠ ਕਰਨੇ ਗੁਰੂ ਮੁਖ ਕਰਕੇ, ਮਨ ਸੇਵਾ ਦੇ ਵਿੱਚ ਪਿਆ ਤੁਲਿਆਈ। ਉਹ ਪਾਣੀ ਲੈ ਕੇ ਪਰਤੀਆਂ ਗੁਰੂ ਬੋਰਾ, ਕਾਲੀ ਰਾਤ ਹਨੇਰੀ ਗੱਜਦੀ, ਰਾਹੋਂ ਖੁੰਜਿਆਂ ਤੇ ਖੱਡੀ ਵਿੱਚ ਟਿਕਾ, ਮੋਹੋਂ ਨਿਕਲੀ ਸਤਿਗੁਰ ਤਾਰ ਦੀਏ। ਸੂਰਜ ਚੜਿਆ ਤੇ ਜਾਗੀਏ, ਕੁੱਲ ਦੁਨੀਆ, ਹਾਂ ਜੀ ਕੁੱਲ ਦੁਨੀਆ ਅਮਰਦਾਸ ਦੇ
जागे बाग वेखो गुरा हिरदे दे नाल लगा लिता लाती अपनी जोत दी जाग वेखो मथा टेक के आख दे गुरु अंगद एहो बाण है एक नमाणिया एहो ओट है एक निहोटिया सच्चा तान है एहो नतानिया दा ओहो गुरु गागर गुरु अंगद साहब महाराज जी ने बाबे अमरदास दे हाथ विचों फड़ ली नाले शनान कराई जा रहे आ नाले वर दे ही जा रहे आ अमरदास नमाणिया दा मान अमरदास नताणिया दा तान अमरदास नियोटिया दी ओट न्यासरिया दे आसरे नचीजिया दी चीज निगतिया दी गत नतिरिया दी तेर न्यासरिया दे आसरे बारह वार दूसरे पातशाह गुरु अंगद साहब महाराज जी ने बाबे अमरदास जी नूं दिते सतगुरु कृपा करे सिख पंथ दे बड़े ही सत्कारे हुए कथावाचक बाबा बंता सिंह जी जिन्हां नूं पंथ ने बड़ा मान दिता छोटी उम्र च मारने रोशन दिमाग दिता ओ पहुंच चुके आ जेड़े गुरु घर दे निंदकां नूं मूंह तोड़वा जवाब भी बड़ा शुद्ध करके दिंदे आ गुरबाणी दे प्रमाण दे दे के मैं ते आख्या कि लम्मा ही समां लाउणा पैणा क्योंकि जदों असीं पठानकोट पार पास कराउंदे आ ना फिर तुहाडे साडे संपर्क टुट जांदे ते मैं आख्या बाबा जी दा टाइम भी 11 बजे ते उदों ते लोक भी सौजणे ते राह दसणा भी कोई लैण ते किते ना पछाण मुड़ना पर परे बड़े स्याणे ओह गेतरे पहुंच गए आ गुरु कृपा करे जदों कोई समागम कराउणा होवे तुहाडा जिहड़ा मेन स्थान उत्थे तुहाडा सेवादार जाणा चाहीदा जदों रात दे समागम होण गुरु कृपा करे जिहड़ी तुसीं लोकेशन भेजदे जो उत्थे पठानकोट ही रह जांदी आ इस करके भाई मैं धन्नवाद करदा बड़ी श्रद्धा ते भावना दे नालों भावना दे नाल संगतां दे किस तरह राह भरे तुरे आ रहे आ गुरु कृपा करे पहली बार इस नगर दीआं संगतां दे दर्शन होए आ आओ मैं गल कर रहा सां गुरु अमरदास महाराज जी ने अपनी पुत्री बीबी भानी दा विआह करके सानू एक सिख्या दित्ती है कि सानू वेखन लग्या केवल लड़का वेखना चाहीदा ओदी अकल वेखनी चाहीदी आ ओदी खानदानी वेखनी चाहीदी आ निरी ओदी माया ही नहीं वेख लेनी चाहीदी जदों उहनां दी पुत्री बीबी भानी जवान होई ते गुरु अमरदास महाराज अपने महल मनसा देवी नूं पुछण लगे मनसा देवीए धी जवान होई ते दस तैनूं जवाई किहो जिहा चाहीदा उस वेले चौथे पातशाह जेठे दे रूह विच घूणियां वेच रहे सन वाहिगुरू गोइंदवाल साहब दी धरती ते ते मनसा देवी ने आख्या गुरु जी ओ जिहड़ा बच्चा बह के घूणियां वेचण डिआ ना मैनूं इहो जिहा सोहणा जवाई चाहीदा सच सत श्री अकाल तो महाराज कहन लगे एदे वर्गा सोहणा ते इहो ही आ एदे वर्गा होर कोई नहीं गा अज 6.5 अरब दे करीब दुनिया दी गिणती आ तुसी किसे नूं वेख लो भावे प्यो पुत्र होण भावे सके भरा होण भावे मावां धीआं होण ਉਹਨਾਂ ਦੇ ਕੁਝ ਨਾ ਕੁਝ ਤੇ ਨੈਣ ਨਕਸ਼ ਇੱਕ ਦੂਜੇ ਨਾਲ ਜ਼ਰੂਰ ਮੇਲ ਖਾਣਗੇ ਪਰ ਜਿਹੜਾ ਪੂਰਾ ਇੱਕ ਦੂਜੇ ਨਾਲ ਮਿਲ ਜਾਣਾ ਇਹ ਕਿਤੇ ਦੁਨੀਆਂ ਵਿੱਚ ਨਹੀਂ ਹੋਇਆ ਸੱਚ ਹੈ ਕਿਉਂਕਿ ਸਾਹਿਬ ਦੀ ਬਾਣੀ ਦਾ ਫਰਮਾਨ ਹੈ ਮੇਰਾ ਪ੍ਰਭ ਸੱਚ ਹੈ ਇੱਕ ਖੇਲ ਰਚਾਇਆ ਕੋਈ ਨਾ ਕਿਸੇ ਜਿਹਾ ਉਪਾਇਆ ਉਹਨੇ ਇੱਕ ਵਰਗਾ ਦੂਜਾ ਬਾਣੀ ਨਹੀਂ ਦਿੱਤਾ ਤੁਸੀਂ ਅੱਜ ਲੱਖਾਂ ਮਨੁੱਖੀ ਬੱਚੇ ਜਨਮ ਲੈ ਰਹੇ ਆ ਉਹਨਾਂ ਦੇ ਫਿੰਗਰ ਉਹਨਾਂ ਦੀ ਤੋਰ ਉਹਨਾਂ ਦੀ ਨਜ਼ਰ ਉਹਨਾਂ ਦਾ ਬੋਲ ਤੁਹਾਨੂੰ ਅਲੱਗ ਅਲੱਗ ਮਿਲੇਗਾ ਤੁਸੀਂ ਬੰਦਿਆਂ ਦੀ ਗੱਲ ਛੱਡੋ ਇੱਕ ਦਰਖਤ ਨੂੰ ਕਿੰਨੇ ਫਲ ਲੱਗੇ ਹੁੰਦੇ ਆ ਇੱਕ ਫਲ ਦੂਜੇ ਫਲ ਵਰਗਾ ਨਹੀਂ ਜੇ ਉਹਦੀ ਬੰਤਰ ਵਿੱਚ ਆਕਾਰ ਵਿੱਚ ਮਿਠਾਸ ਵਿੱਚ ਵਜਨ ਵਿੱਚ ਤੁਹਾਨੂੰ ਫਰਕ ਮਿਲੇਗਾ ਇੱਕ ਪੱਤਾ ਵੀ ਦੂਜੇ ਪੱਤੇ ਨਾਲ ਮੇਲ ਨਹੀਂ ਖਾਂਦਾ ਮਨਸਾ ਦੇਵੀ ਇਹ 'ਚ ਕੀ ਕਮੀ ਆ ਮਹਾਰਾਜ ਇਹ ਤੇ ਗਰੀਬ ਆ
सतगुरु कह लगे तू कोहे नूर दा हीरा लभन जाएगी ना, तेनू कोहे नूर दा हीरा ते लभ जूगा, पर तेनू इस जेठे वर्गा जवाई नहीं कितो मिलना। इहदे च की कमी आ महाराज, ते गरीब आ मुठ घुंगणिया दी छाबे च पा के वेच के गुजारा करन दिया। जे मैं अपनी धी लड़ लाती ते सारी उम्र भुखी मर जूगी। गुरु अमरदास महाराज मेरा दे घर विच आए ते कहन लगे मनसा देवीए फिर इस गल दा फिकर ना करी, एक घुंगणिया दा छाबा एक दिन सोने दा छतर बन जाएगा। जो महाराज सच्चे पातशाह ने बख्शा कीतियां लेना तुहाडे सामने जोड़ी इंज बयान कर। वेख्या सतगुरु जी ने जेठा विच कुंगणियां, वेख्या सतगुरु जी ने जेठा विच कुंगणियां, सारी दुनिया नालों जिस दी शक्ल न्यारी, सारी दुनिया नालों जिस दी शक्ल न्यारी। वेख्या सतगुरु जी ने जेठा विच कुंगणियां, वेख्या सतगुरु जी ने जेठा विच कुंगणियां, ओ सारी दुनिया नालों जिस दी शक्ल न्यारी, सारी दुनिया नालों जिस दी शक्ल न्यारी। तिखा नक नूरानी चेहरा डलका मारदा, तिखा नक नूरानी चेहरा डलका मारदा, ओ हरत मने हरदम नैना देव चरिंदी नाम कुमारी। नैन शिले दे मुंदे ने कुल दुनिया नू मैं वारी, नैन नशीले दे मुंदे ने कुल दुनिया नू, ओ जापे आप बता ता मेंत नाल शिंगारी, जापे आप बता ता मेंत नाल शिंगारी। मुखड़ा हसू प्या करदा ए, मुखड़ा बोला पाला हसू हसू प्या करदा ए, ओ सजदे करदी जापी आण सिरसनी सारी, सजदे करदी जापी आण सिरसनी सारी। बैठा जापे तीरज धर्म दया दी मूर्ति, बैठा जापे तीरज धर्म दया दी मूर्ति। ओ हसदी उच्ची ऐ ते दसदी रूए मतारी, हसदी उच्ची ऐ ते दसदी रूए मतारी। किसे नू कट देवे ना वद किसे तो लिंदा नी, किसे नू कट देवे ना वद किसे तो लिंदा नी। ओ उच्च कराने दा जापे साफ वियारी, उच्च कराने दा जापे साफ वियारी। तू ए ठीक आखदी है पानी दे हाण दा, हाण दा तू ए ठीक आखदी है पानी दे हाण दा। ओ इस ते साडी ती ना लिखे सजोग लखारी, इस दे साडी ती ना लिखे लखे लखारी। मन मारा ना फिर हस के बोले शान शाह, मन मारा ना फिर हस के बोले शान शाह, मन न मारा ना फिर हस के बोले शान शाह। ओ जोगी कहता हुंदी अगला विच सरदारी, जोगी कहता हुंदी अगला विच सरदारी। मौज में जब आ गए कतरे से दरिया कर दिया, जिस पर पड़ी नजर बंदे से मौला कर दिया, मौला ही कर दिया। ओ बख्शा ओ किनू किनू बनदा जेड़ा कुंगणियां वेचदा सी। तुसी रोज उहनां नूं टीवी ते दर्शन करदे जे श्री हरिमंदर साहब सिखी दा केंद्र,
ਗੁਰੂ ਕੇ ਸਿੱਖੋ ਸਿੰਘ ਸਾਹਿਬਾਨ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸਾਹਿਬਾਨ ਮੇਰਾ ਬੜਾ ਉਹਨਾਂ ਨਾਲ ਸੁਨੇਹ ਆ। ਮੈਂ ਇੱਕ ਦਿਨ ਉਹਨਾਂ ਨੂੰ ਪੁੱਛਿਆ ਗਿਆਨੀ ਸਿੰਘ ਸਾਹਿਬ ਜਿਹੜਾ ਗੁਰੂ ਮਹਾਰਾਜ ਉੱਤੇ ਚੰਦੋਆ ਸਾਹਿਬ ਰੁਮਾਲਾ ਸਾਹਿਬ ਭੇਟ ਹੁੰਦਾ ਉਹਦੀ ਕਿੰਨੀ ਕੁ ਕੀਮਤ ਹੁੰਦੀ ਹੈ? ਕਹਿੰਦੇ ਗਿਆਨੀ ਜੀ ਉਹਦੀ ਕੀਮਤ 75,000 ਤੋਂ ਆਰੰਭ ਹੁੰਦੀ ਹੈ, 1.25 ਲੱਖ, 1.5 ਲੱਖ, 2.5 ਲੱਖ। ਕਈ ਬਾਹਰੋਂ ਸ਼ਰਧਾਲੂ ਆਉਂਦੇ ਆ, ਉਸ ਚੰਦੋਆ ਸਾਹਿਬ 'ਚ ਸੋਨੇ ਦੀਆਂ ਤਾਰਾਂ ਦੀ ਕਢਾਈ ਕੀਤੀ ਹੁੰਦੀ ਹੈ, ਸੁੱਚੇ ਮੋਤੀ ਤੇ ਹੀਰੇ ਵਿੱਚ ਜੜੇ ਹੁੰਦੇ ਆ। ਉਸ ਰੁਮਾਲਾ ਸਾਹਿਬ ਦੀ ਕੀਮਤ 3-3 ਲੱਖ ਰੁਪਈਆ ਵੀ ਹੋ ਜਾਂਦੀ ਹੈ। ਮੈਂ ਨਾ ਰਾਜੇ ਮਹਾਰਾਜੇ ਪੁਰਾਣੇ ਯੁੱਗ ਵਿੱਚ ਇਹੋ ਜਿਹੇ ਸਾਈ ਲਿਬਾਸ ਪਾਉਂਦੇ ਹੋਣਗੇ, ਪਰ ਉਹ ਕਈ ਵਾਰਾਂ ਪਾਉਂਦੇ ਹੋਣਗੇ ਤੇ ਕਈ ਵਾਰਾਂ ਧੋਂਦੇ ਹੋਣਗੇ, ਪਰ ਗੁਰੂ ਰਾਮਦਾਸ ਦੇ ਦਰ ਦੀ ਇਹੋ ਜਿਹੀ ਵਡਿਆਈ ਹੈ, ਜਿਹੜਾ ਰੁਮਾਲਾ ਸਾਹਿਬ ਜਿਹੜਾ ਚੰਦੋਆ ਸਾਹਿਬ ਸਤਿਗੁਰੂ ਤੇ ਇੱਕ ਵਾਰਾਂ ਝੁੱਲ ਗਿਆ, ਅਗਲੇ ਦਿਨ ਫਿਰ ਤੁਸੀਂ ਨਵੇਂ ਦੇ ਦਰਸ਼ਨ ਕਰੋਗੇ। ਗੁਰੂ ਕਿਰਪਾ ਕਰੇ, ਗੁਰੂ ਅਮਰਦਾਸ ਮਿਹਰਬਾਨ ਹੋਏ, ਆਪਣੀ ਪੁੱਤਰੀ ਬੀਬੀ ਭਾਨੀ ਦਾ ਵਿਆਹ ਉਸ ਜੇਠੇ ਰਾਮਦਾਸ ਦੇ ਨਾਲ ਕੀਤਾ ਤੇ ਆਪਣੀ ਪੁੱਤਰੀ ਨੂੰ ਦੁਨੀਆਂ ਦੇ ਨਾਲੋਂ ਇੱਕ ਵੱਖਰਾ ਦਾਜ ਦਿੱਤਾ। ਅਸੀਂ ਅੱਜ ਪੂਰਾ ਜ਼ੋਰ ਲਾ ਕੇ ਤੇ ਆਪਣੀਆਂ ਧੀਆਂ ਨੂੰ ਸੁਖੀ ਵਸਾਉਣਾ ਚਾਹੁੰਦੇ, ਬਹੁਤ ਸਾਰਾ ਗਹਿਣਾ ਤੇ ਵੱਡੀ ਤੋਂ ਵੱਡੀ ਗੱਡੀ ਵੀ ਸਾਡੀ ਧੀ ਜਿਹੜੀ ਆ ਸਹੁਰੇ ਪਰਿਵਾਰ ਵਿੱਚ ਸੁਖੀ ਵਸੇ। ਪਰ ਗੁਰੂ ਅਮਰਦਾਸ ਮਹਾਰਾਜ ਨੇ ਆਪਣੀ ਪੁੱਤਰੀ ਨੂੰ ਕੀ ਸਿੱਖਿਆ ਦਿੱਤੀ, ਕੀ ਦਾਜ ਦਿੱਤਾ? ਇੱਕ ਕਾਗਜ਼ ਉੱਤੇ 3 ਭੱਬੇ ਲਿਖ ਕੇ ਦਿੱਤੇ, ਆਖਿਆ ਬੇਟਾ ਜੇ ਇਹਨਾਂ ਭੱਬਿਆਂ ਤੇ ਆਪਣੇ ਜੀਵਨ ਨੂੰ ਤੋਰੇਗੀ ਨਾ, ਤੇਰਾ ਜੀਵਨ ਸਦਾ ਸੁਖਾਲਾ ਰਹੇਗਾ, ਤੈਨੂੰ ਕਿਸੇ ਵੀ ਗੱਲ ਦਾ ਟੋਟਾ ਨਹੀਂ ਆਏਗਾ, ਤੇਰਾ ਜੀਵਨ ਚੜ੍ਹਦੀ ਕਲਾ 'ਚ ਬਤੀਤ ਹੋਏਗਾ। ਬੇਟਾ ਪਹਿਲਾ ਭੱਬਾ ਤੈਨੂੰ ਸਿੱਖਿਆ ਦੇਵੇਗਾ, ਤੇਰਾ ਸਹੁਰਾ, ਤੇਰੀ ਸੱਸ, ਤੇਰਾ ਪਤੀ ਤੈਨੂੰ ਕੋਈ ਕੰਮ ਦੱਸੇ, ਹੁਕਮ ਕਰੇ, ਆਖਣਾ ਭੱਬਾ ਭਲਾ ਜੀ ਵੀ ਮੈਂ ਹੁਣੇ ਕਰ ਲੈਨੀ। ਦੂਜਾ ਭੱਬਾ ਬੇਟਾ ਤੈਨੂੰ ਸਿੱਖਿਆ ਦੇਵੇਗਾ, ਤੇਰੇ ਕੋਲ ਜ਼ਿੰਦਗੀ ਕੋਈ ਗਲਤ ਹੋ ਜਾ, ਗਲਤੀ ਹੋ ਜਾਂਦੀ, ਕੋਈ ਨੁਕਸਾਨ ਹੋ ਜਾਂਦਾ, ਜੇ ਤੈਨੂੰ ਕੋਈ ਝਿੜਕੇ ਅੱਗਿਓਂ ਮੋੜ ਕੇ ਜਵਾਬ ਨਹੀਂ ਦੇਣਾ, ਬੋਲ ਕਬੋਲ ਨਹੀਂ ਕਰਨੇ, ਆਖਣਾ ਭੱਬਾ ਭੁੱਲੀ ਜੀ, ਭੁੱਲੀ ਜੀ, ਭੱਬਾ ਭਲਾ ਜੀ, ਭੱਬਾ ਭੁੱਲੀ ਜੀ। ਬੇਟਾ ਤੀਜਾ ਭੱਬਾ ਤੈਨੂੰ ਸਿੱਖਿਆ ਦੇਵੇਗਾ, ਇਹ ਜ਼ਿੰਦਗੀ ਦੁੱਖਾਂ ਸੁੱਖਾਂ ਦਾ ਸੁਮੇਲ ਹੈ, ਜਿੱਥੇ ਸੁੱਖ ਦੀਆਂ ਘੜੀਆਂ ਮਨੁੱਖ ਵੇਂਦਾ ਉੱਥੇ ਦੁੱਖਾਂ ਦੀਆਂ ਵੀ ਘੇਰਾ ਆ ਕੇ ਪਾ ਲੈਂਦੀਆਂ। ਬੇਟਾ ਜੇ ਕੋਈ ਤੇਰੇ ਪਰਿਵਾਰ ਵਿੱਚ ਘਟਨਾ ਵਾਪਰ ਜੇ ਤੇ ਆਖਣਾ ਭੱਬਾ ਭਾਣਾ ਜੀ, ਭੱਬਾ ਭਲਾ ਜੀ, ਭੱਬਾ ਭੁੱਲੀ ਜੀ, ਭੱਬਾ ਭਾਣਾ ਜੀ। ਜਦੋਂ ਇਹਨਾਂ ਭੱਬਿਆਂ ਤੇ ਆਪਣੇ ਜੀਵਨ ਨੂੰ ਤੋਰੇਗੀ ਤੇਰਾ ਜੀਵਨ ਸਦਾ ਹੀ ਸੁਖਾਲਾ ਰਹੇਗਾ। ਗੁਰੂ ਅਮਰਦਾਸ ਮਹਾਰਾਜ ਨੇ ਆਪਣੀ ਪੁੱਤਰੀ ਬੀਬੀ ਭਾਨੀ ਦਾ ਵਿਆਹ ਉਸ ਜੇਠੇ ਰਾਮਦਾਸ ਦੇ ਨਾਲ ਕਰ ਦਿੱਤਾ। ਮਹਾਰਾਜ ਸੱਚੇ ਪਾਤਸ਼ਾਹ ਇਹ ਨਹੀਂ ਵੀ ਹੁਣ ਮੈਂ ਗੁਰੂ ਘਰਦਿਆਂ ਦਾ ਜਵਾਈ ਬਣ ਗਿਆ ਤੇ ਮੈਂ ਪਲਘੇ ਤੇ ਚੜ੍ਹ ਕੇ ਬਹਿ ਜਾਣਾ, ਉਸੇ ਤਰ੍ਹਾਂ ਸੇਵਾ ਕਰਦਾ ਰਿਹਾ, ਉਸੇ ਤਰ੍ਹਾਂ ਲੰਗਰ ਦੇ ਜੂਠੇ ਭਾਂਡੇ ਮਾਂਜਦਾ ਰਿਹਾ, ਉਸੇ ਤਰ੍ਹਾਂ ਟੋਕਰੀ ਦੀ ਸੇਵਾ ਕਰਦਾ ਰਿਹਾ। ਇੱਕ ਦਿਨ ਜੇਠੇ ਦੇ ਤਾਏ ਤੇ ਚਾਚੇ ਜਿਨ੍ਹਾਂ ਹਰਿਦੁਆਰ ਦੀ ਯਾਤਰਾ ਜਾਣਾ ਸੀ, ਇਹਨਾਂ ਨੂੰ ਪਤਾ ਲੱਗਾ ਵੀ ਸਾਡਾ ਭਤੀਜਾ ਗੁਰੂ ਘਰਦਿਆਂ ਦਾ ਜਵਾਈ ਬਣ ਗਿਆ, ਹੁਣ ਤੇ ਪਲਘੇ ਤੇ ਚੜ੍ਹ ਕੇ ਬੈਠਾ ਹੋਣਾ ਤੇ ਸੇਵਾਦਾਰੂ ਦੀ ਸੇਵਾ ਕਰਦੇ ਹੋਣੇ, ਨਾਲੇ ਤੇ ਉੱਥੇ ਰਾਜ ਕੱਠਾਂਗੇ, ਨਾਲੇ ਚੰਗਾ ਚੌਕਾ ਛਕਾਂਗੇ। ਇਹ ਪਹੁੰਚੇ ਸ੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ। ਜਦੋਂ ਉਸ ਜੇਠੇ ਰਾਮਦਾਸ ਨੂੰ ਗੁਰੂ ਕੇ ਸਿੱਖੋ ਲੰਗਰ ਵਰਤਾਉਂਦਿਆਂ ਵੇਖਿਆ, ਟੋਕਰੀ ਢੋਂਦਿਆਂ ਵੇਖਿਆ, ਸੇਵਾ ਕਰਦਿਆਂ ਵੇਖਿਆ, ਅੱਗ ਲੱਗ ਗਈ ਜੇਠੇ ਦੇ ਥਾਇਆਂ ਤੇ ਚਾਚਿਆਂ ਨੂੰ। ਉਹਨੇ ਆਖਿਆ ਕੀ ਹੋ ਗਿਆ? ਜੇ ਲਾਹੌਰੀਆਂ ਦਾ ਮੁੰਡਾ ਯਤੀਮ ਹੋ ਗਿਆ ਸੀ ਉੱਥੇ, ਚਾਚਿਆਂ ਤਾਂ ਦੇ ਕੋਲੋਂ ਮੰਗ ਕੇ ਰੋਟੀਆਂ ਖਾ ਲੈਂਦਾ, ਪਰ ਇੱਥੇ ਸਹੁਰਿਆਂ ਦੇ ਘਰ ਕਮੀਆਂ ਵਰਗੇ ਕੰਮ ਕਰਕੇ ਸਾਡਾ ਨਕਦ ਨਾ ਵਢਾਉਂਦਾ? ਇਹੋ ਜੇ ਕੁਝ ਬੋਲ ਬੋਲੀ ਜਾ ਰਿਹਾ। ਅੰਦਰੋਂ ਇੱਕ ਸੇਵਾਦਾਰ ਆਇਆ, ਉਹਨੇ ਆ ਕੇ ਦੱਸਿਆ ਮਹਾਰਾਜ ਬੜੇ ਓਪੜ ਜੇ ਬੰਦੇ ਬਾਹਰ ਆਏ, ਬਾਤ ਘੱਟ ਜਾ ਬੋਲੀ ਜਾ ਰਹੇ। ਧੰਨ ਗੁਰੂ ਅਮਰਦਾਸ ਮਹਾਰਾਜ, ਮਿੱਠਾ ਬੋਲਣੇ ਤੇ ਜੱਗ ਖੁਸ਼ ਹੁੰਦਾ, ਕੌੜਾ ਕੌੜਾ ਬੋਲਿਆ ਕਿਸੇ ਦਾ ਜਰੇ ਕੋਈ ਕਿਸੇ ਕਿਸੇ ਦੇ ਕੌੜੇ ਬੋਲ ਨੂੰ ਜਰ ਜਾਣਾ, ਇਹ ਵੱਡੇ ਜਿਗਰੇ ਦੀ ਗੱਲ ਹੈ। ਧੰਨ ਗੁਰੂ ਅਮਰਦਾਸ ਮਹਾਰਾਜ, ਜਿਨ੍ਹਾਂ ਵਿੱਚ ਧਰਤੀ ਵਰਗਾ ਧੀਰ ਸੀ,
ਜਦੋਂ ਗੁਰੂ ਅੰਗਦ ਸਾਹਿਬ ਦੇ ਪੁੱਤਰ ਦਾਤੂ ਨੇ ਮਹਾਰਾਜ ਦੇ ਗੁਰਤਾ ਗੱਦੀ ਤੇ ਬੈਠੇ ਦੇ ਈਰਖਾ ਵਾਸ ਹੋ ਕੇ ਲੱਤ ਮਾਰੀ ਸੀ ਨਾ ਤੇ ਤਖਤ ਤੋਂ ਥੱਲੇ ਸੁੱਟ ਦਿੱਤਾ ਤੇ ਗੁਰੂ ਅਮਰਦਾਸ ਮਹਾਰਾਜ ਭੌਂ ਕੇ ਆਪਣੇ ਗੁਰੂ ਦੇ ਪੁੱਤਰ ਦੇ ਚਰਨ ਫੜ ਲਏ ਵੀ ਮੇਰੀਆਂ ਤੇ ਹੱਡੀਆਂ ਇੱਕ ਪਿੰਜਰ ਵਰਗੀਆਂ ਮੇਰੇ ਗੁਰੂ ਦੇ ਪੁੱਤਰ ਦੇ ਚਰਨ ਬੜੇ ਕੋਮਲ ਕਿਤੇ ਸੱਟ ਨਹੀਂ ਲੱਗ ਗਈ। ਇੰਨੀ ਉਹਨਾਂ ਵਿੱਚ ਨਿਮਰਤਾ ਸੀ ਜਿਨ੍ਹਾਂ ਦਾ ਆਪਣਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਉਹ ਮੇਰੇ ਜਵਾਤਰੇ ਦੇ ਤਾਇਓ ਤੇ ਚਾਚਿਓ ਉਹ ਜਿੰਨਾ ਰਾਵਾਂ ਤੋਂ ਤੁਸੀਂ ਲੰਘ ਕੇ ਆਏ ਜੇ ਮੈਂ ਉਹਨਾਂ ਰਾਵਾਂ ਤੋਂ ਬਲਿਹਾਰ ਜਾਣਾ ਜਿਹਨੂੰ ਤੁਸੀਂ ਨਿਆਸਰਾ ਆਂਦੇ ਜੇ ਇੱਕ ਦਿਨ ਨਿਆਸਰਿਆਂ ਦਾ ਆਸਰਾ ਬਣੇਗਾ। ਇਹਦੇ ਦਰ ਤੇ ਵੱਡੀਆਂ ਵੱਡੀਆਂ ਬਾਦਸ਼ਾਹੀਆਂ ਆ ਕੇ ਝੁਕਣਗੀਆਂ। ਜਿਹੜੀ ਇਹਦੇ ਹੱਥ ਵਿੱਚ ਬਾਲਟੀ ਫੜੀ ਆ ਇੱਕ ਸਾਰੀ ਦੁਨੀਆਂ ਦਾ ਰਿਜ਼ਕ ਫੜਿਆ। ਸਿੱਖੋ ਦੁਨੀਆਂ ਵਿੱਚ ਬੜੇ ਅਮੀਰ ਸ਼ਹਿਰ ਹੋਣਗੇ ਉੱਥੇ ਵੀ ਕੋਈ ਗਰੀਬ ਭੁੱਖਾ ਸੌਂਦਾ ਹੋਏਗਾ ਪਰ ਕੇਵਲ ਤੇ ਕੇਵਲ ਇੱਕ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਹੈ ਜਿੱਥੇ ਕਦੀ ਕੋਈ ਕੰਗਾਲ ਤੋਂ ਕੰਗਾਲ ਬੰਦਾ ਵੀ ਭੁੱਖਾ ਨਹੀਂ ਦਿਸਦਾ। ਸਤ ਸ੍ਰੀ ਅਕਾਲ। ਜਿਹੜੀ ਇਹਦੇ ਸਿਰ ਤੇ ਟੋਕਰੀ ਹੈ ਇਹਦੇ ਸਿਰ ਉੱਤੇ ਖਦਾਈ ਦਾ ਤਾਜ ਹੈ। ਵਾਹ ਵਾਹ। ਸੁਣੀਏ ਗੁਰੂ ਅਮਰਦਾਸ ਮਹਾਰਾਜ ਬਾਬੇ ਜੇਠੇ ਦੀ ਮਹਿਮਾ ਆਉਣ ਵਾਲੇ ਸਮੇਂ ਕਿਸ ਤਰ੍ਹਾਂ ਦਰਸਾ ਰਹੇ ਲੈਣਾ ਬੜੀਆਂ ਕਾਬਲੇ ਗੌਰ ਸੁਣੀ। ਜੇਠਾ ਜੀ ਨੂੰ ਰਾਮਦਾਸ ਜਦ ਗੁਰੂ ਬਣਾਇਆ ਤੀਜੇ ਗੁਰ ਨੇ ਸੀਸ ਤੇ ਹੈ ਛਤਰ ਚਲਾਇਆ ਤੀਜੇ ਗੁਰ ਨੇ ਸੀਸ ਤੇ ਹੈ ਛਤਰ ਚਲਾਇਆ ਚੌਥੇ ਸੋਢੀ ਪਾਤਸ਼ਾਹ ਇਉਂ ਆਖ ਸੁਣਾਈਆਂ ਕੰਗਲੇ ਤਖਤ ਬਹਾ ਦਵੇਂ ਮੇਰਾ ਦੀਆਂ ਸਾਈਆਂ ਕੰਗਲੇ ਤਖਤ ਬਹਾ ਦਵੇਂ ਮੇਰਾ ਦੀਆਂ ਸਾਈਆਂ ਜੇਠਾ ਜੀ ਨੂੰ ਰਾਮਦਾਸ ਜਦ ਗੁਰੂ ਬਣਾਇਆ ਤੀਜੇ ਗੁਰ ਨੇ ਸੀਸ ਤੇ ਹੈ ਛਤਰ ਚਲਾਇਆ ਤੀਜੇ ਗੁਰ ਨੇ ਸੀਸ ਤੇ ਹੈ ਛਤਰ ਚਲਾਇਆ ਚੌਥੇ ਸੋਢੀ ਪਾਤਸ਼ਾਹ ਇਉਂ ਆਖ ਸੁਣਾਈਆਂ ਕੰਗਲੇ ਤਖਤ ਬਹਾ ਦਵੇਂ ਮੇਰਾ ਦੀਆਂ ਸਾਈਆਂ ਕੰਗਲੇ ਤਖਤ ਬਹਾ ਦਵੇਂ ਮੇਰਾ ਦੀਆਂ ਸਾਈਆਂ ਜਿਸ ਨੀਚ ਨੂੰ ਜੱਗ ਤੇ ਨਾ ਕੋਈ ਜਾਣੇ ਤੇਰੀ ਸ਼ੋ ਨਾਲ ਦਾਤਿਆ ਅੱਜ ਗੱਦੀ ਮਾਣੇ ਤੇਰੀ ਸ਼ੋ ਨਾਲ ਦਾਤਿਆ ਅੱਜ ਗੱਦੀ ਮਾਣੇ ਫਰਸ਼ ਵਰਸ ਜਣਾ ਨਵੇਂ ਕਰਦੇ ਰਸ਼ਨਾਈਆਂ ਕੰਗਲੇ ਤਖਤ ਬਹਾ ਦਵੇਂ ਮੇਰਾ ਦੀਆਂ ਸਾਈਆਂ ਕੰਗਲੇ ਤਖਤ ਬਹਾ ਦਵੇਂ ਮੇਰਾ ਦੀਆਂ ਸਾਈਆਂ ਰੁਲਦੇ ਫਿਰਦੇ ਨਾਥ ਨੂੰ ਤੁਸਾਂ ਗਲ ਨਾਲ ਲਾਇਆ ਕੱਖੋਂ ਹੋਏ ਜੀਵ ਨੂੰ ਤੁਸਾਂ ਲੱਖ ਬਣਾਇਆ ਦਾਤਿਆ ਕੱਖੋਂ ਹੋਲੇ ਜੀਵ ਨੂੰ ਤੁਸਾਂ ਲੱਖ ਬਣਾਇਆ ਜਿਸ ਵੀ ਹੋਮੇ ਮਾਰ ਕੇ ਤੇਰੇ ਨਾਲ ਲਾਈਆਂ ਕੰਗਲੇ ਤਖਤ ਬਹਾ ਦਵੇਂ ਮੇਰਾ ਦੀਆਂ ਸਾਈਆਂ ਕੰਗਲੇ ਤਖਤ ਬਹਾ ਦਵੇਂ ਮੇਰਾ ਦੀਆਂ ਸਾਈਆਂ ਦਰ ਉੱਚਾ ਤੇਰਾ ਸ਼ਰਨ ਪਿਆ ਨੂੰ ਪਾਲਦਾ ਦਰ ਸੁੱਚਾ ਤੇਰਾ ਕੁੱਲ ਦੁਨੀਆ ਦੇ ਦਰਾਂ ਤੋਂ ਦਰ ਉੱਚਾ ਤੇਰਾ ਹੋਏ ਕੁੱਲ ਦੁਨੀਆ ਦੇ ਦਰਾਂ ਤੋਂ ਦਰ ਉੱਚਾ ਤੇਰਾ ਸ਼ਰਨ ਪਿਆ ਨੂੰ ਪਾਲਦਾ ਦਰ ਸੁੱਚਾ ਤੇਰਾ ਸ਼ਰਨ
सच्चा तेरा परचुआ में छट के हिंकण चितनाइया गंगले तख्त बहाद में मेरा दिया साइया गंगले तख्त बहाद में मेरा दिया साइया बड़ी प्यारी पंक्ति गुरु ग्रंथ साहब चाहुंदी जड़ी बार बार दुराई जांदी है हम रुलते फिरते कोई बात ना पूछता गुर सतगुर संग कीड़े हम थापे महाराज मेरी ते कीड़े दी गल ही कोई नहीं सी जिन्नू तुसी बादशाही थाप दिती आ तन गुरु अमरदास महाराज दी महिमा कहण ते कथन तो बारी है मेनू नौजवाना वालों एक हुकम होया सी एक कविता जिन्हों तुसी बहुत मान दिता जो कलगीधर पातशाह दे महाराज दी लिखत जफरनामा ओदा किसे स्याणे कवि ने तर्जमा कीता आओ केवल 10 मिनट समा बाकी है सानू वैसे समय तो भी थोड़ा जा लेट 10 मिनट आए 10 मिनट होर एक छोटा बच्चा ते रागी सिंह भी लै गए गुरु कृपा करे इस करके मैं अपने दित्ते समय दे विच समाप्ति करनी आ ओ कलगीधर पातशाह महाराज जेड़ी औरंगजेब नू एक चिट्ठी लिख रहे आ जिनू रंगा पढ़ के मुड़के मंजे तो उठ ना सकया ओदे शरीर दी सारी सता खत्म हो गई सी क्योंकि मरने बोल ही अजे लिखे सी जिन्नू रंगा पढ़ के मुड़के मंजे तो उठ ना सकया गुरशने चे कारे कुंद चील नारा के दह लख आए के दह लख आए बरियाद बरो बे खबर औरंग जेबा ओ तू मेरे चालियां उत्ते 10 लाख चाड़ता है जिन्ना दे पेट विच रोटी नहीं बंदूका विच बरूद नहीं पैरा विच जोड़ा नहीं ते तू मेनू दस्या भी नहीं गा तेनू मर जाना चाहिदा सी शर्म च तेरे वड़े वड़े जरनेल चढ़ के आए जिन्हां दा सतगुरु ने जिक्र कीता चुदीदन के नाहर बयामन बयं चुशीदन जके ती धन बेदरंग बेदरंग रंग जेब तेरा वड़ा जरनेल चढ़ के आया मेरा एक तीर वजा लो च डुब गया सच दूजा गणी खाया ओदी गिजी दी छड़िया ओ सदा दी नहीं सो गया दो मारे गए ते बाकी पिछा नू भजन पिछा नू एक बड़ा हंकारिया जरनैल ख्वाजा मरदूद अली सूबा सरहंद ने जो पिछा नू नसदा वेख्या ना ललकारा मार के कहन लगा ख्वाजा साहब गुरु गोबिंद सिंह इस घेरे विचों जिंदा बच के ना निकल जी इहनू जिउंदे नू पकड़ना उहने आख्या नाजम साहब गुरु गोबिंद सिंह नू जिउंदा फलना ओए ना दे तेरे वास्ती गाली ना ए मेरे वास्ती गाला जे तेनू मैं तुरिया फिरदा चंगा नहीं लगदा ते मम्मी पौड़ी चढ़ जाना ओने आखे फिर होगा ए बहादुरी दियां गप्पां चले कोई बह के मारनियां जानदे जे जदों ए 5-7 डंडे तां चढ़े हन जदों कलगीधर पातशाह नू बुरज विच बैठिया वेख्या ए इतना छह गया जितना कबूतर बाज नू वेख के छह जांदा मारा लेख के कल दिया दरेगा अगरो रूए दीद में बायक तीला चार शीद में रंग जेव तेरा जनेर थोड़ा जाता हो जान्दा एक तीर में उन्नो भी बख्श देना सी जी है शुद्ध के चू बचगा कुछ ते चार ओ रंगिया की हो गया जे तू मेरे चार पोत मार देते थे जी है शुद्ध के चू बचगा कुछ ते चार के बाकी बीमे के बाकी बीमा दस्ता पेचीते मार अजे मेरा कुंडलिया सप खालसा जोंदा जेड़ा तेरे पैरां दे थले एकरा भांबड़ मचा के रख देगा निहंग सिंह बच्चे नू कदे मुंडा नहीं आंदे मुंडा मुंडा उहनू आख्या जांदा सी जेड़ा सिर मूह मुन्निया जांदा सी उहनां दा मुंडिया उहरा निहंग सिंह बच्चे नू पचंगी कहिंदे पचंगी ते पचंगी सप दा नां हुंदा दो चीजां तो बंदा बहुत डरदा एक सप तो ते दूजा शेर तो पर मां ने दोवां दी छबी अपने सिख नू दित्ती आ अजे मेरा खालसा जिउंदा जिहड़ा तेरे पैरां थले इकरां भांबड़ मचा के रख देगा सुणीए
कलगी धर पातशाह दा एक एक बोल उस औरंगजेब दा कितना खात्मा कर रहा लेना च दिल नी इस तो वट्टी कोई इस दौर विच टुटिया जा तीर मेरे ने खान नार खान नु सब तेरे सिर फिर दे सील को दे जान नु कट गए तेरे हजारा से सपाही कट गए डट गए मेरे लड़क संग चाली डट गए ओ तेरा खा बच्चा जो मर उदवट्टा सूरमा जे न लुकदा ओसदा मैं तट दिंदा चूरमा ओ सुनो के आज आने सच जिसदा यार है ओ सुनो के आज आने सच जिसदा यार है ओ सुनो के फिक्र जिसदा रब पैरेदार है ओ सच या उलीका गानवा एक तीर अपना छट के एक तीर अपना छट के चढ़दी कला उस कौम दी सदा रहिंदी कौम दी सदा रहिंदी ओ चढ़दी कला उस कौम दी सदा रहिंदी वाह वाह जेड़ी बाजी ला दिंदी अपनी जान दी है तेरे पाने सरबत दा भला होवे चंदन सिखिया तेरे निशान निशान ना किसे ते वादा करो ना वादा जरो सिखी विच पूरे हो खंडे बाटे दा अमर छको अमृत वेले सी संभाल करिया करो सिख दा जीवन अमृत वेले तो आरंभ हुंदा सतगुरु कृपा करे ए दास सानू गुरु अमरदास गुरु हरगोबिंद पातशाह दे पवित्र दरबार विचों सबना नू प्राप्त होई है सतगुरु कृपा करे आओ सारियां संगतां दा जो जे कहदियां संगतां जम्मू तक ते बहुत वार आए पर तुसी इस नगर दे पहली बार दर्शन कराए बड़ी वड्डी पद्धर ते नौजवानों ने उदम उपराला कीता इन्हां दी सतगुरु सेवा नूं भाग लाउण सारे प्रबंधक जनां दा गुरु ते संगतां दा धन्नवाद गुरु महाराज दे प्रकाश दिहाड़िया दा सारियां संगतां नूं बहुत बहुत वधाई होवे उलचुक दी माफी फतेह गज के बुलाओ ते आखो जी वाहिगुरु जी का खालसा वाहिगुरु जी की फतेह।